ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਖੀਰ ਬਣਾਉਣ ਲੱਗੇ ਹਾਂ। ਪਹਿਲਾਂ ਪਾਣੀ ਪਾਉਂਗੀ ਥੋੜ੍ਹਾ ਜਿਹਾ, ਕਿੱਕਰ ਦਾ ਪੱਤਾ ਡਿੱਗੇ। ਪਹਿਲਾਂ ਥੋੜ੍ਹਾ ਜਿਹਾ ਪਾਣੀ ਪਾਉਂਗੀ, ਪਾਣੀ 'ਚ ਚੌਲ ਰਿੰਨੂੰਗੀ, ਥੋੜ੍ਹੇ ਜਿਹੇ ਪੋਲੇ ਹੋ ਜਾਂਦੇ ਹੈ। ਜਦੋਂ ਪਾਣੀ ਰਿੱਝਣ ਲੱਗ ਗਿਆ ਉਦੋਂ ਆਪਾਂ ਚੌਲ ਪਾ ਦੇਵਾਂਗੇ। ਪਾਣੀ ਥੋੜ੍ਹਾ ਥੋੜ੍ਹਾ ਰਿੱਝਣ ਲੱਗ ਗਿਆ, ਇਹ ਚੌਲ ਭਿਉਂ ਕੇ ਰੱਖੇ ਸੀ, ਇਹਦਾ ਆਪਾਂ ਪਾਣੀ ਕੱਢਾਂਗੇ। ਹੁਣ ਇਹ ਰਿੱਝ ਕੇ ਜਦੋਂ ਪੋਲੇ ਹੋ ਗਏ ਫਿਰ ਆਪਾਂ ਦੁੱਧ ਪਾਵਾਂਗੇ। ਚੌਲ ਰਿੱਝੀ ਜਾਂਦੇ ਤੇ ਆਪਾਂ ਖੋਪਾ ਤਾਂ ਹੁਣ ਪਾ ਦਿੰਦੇ ਹਾਂ। ਪਹਿਲਾਂ ਜਦੋਂ ਇਹਨਾਂ ਦਾ ਪਾਣੀ ਸੁੱਕ ਗਿਆ ਫਿਰ ਆਪਾਂ ਦੁੱਧ ਪਾਵਾਂਗੇ, ਹੋਰ ਰਿੱਝ ਲੈਣ ਦਿਓ ਹਜੇ ਵਿੱਚ। ਲਓ ਹੁਣ ਚੌਲਾਂ ਦਾ ਪਾਣੀ ਸੁੱਕ ਗਿਆ ਜਮਾਂ, ਕੁਛ ਰਿੱਝ ਕੇ ਪੋਲੇ ਹੋ ਗਏ, ਹੁਣ ਆਪਾਂ ਦੁੱਧ ਪਾਵਾਂਗੇ। ਕੜਵੀ ਭਰੀ ਦੁੱਧ ਦੀ ਹੈ, 3 ਪਾਅ ਦੁੱਧ ਹੈਗਾ। ਹੁਣ ਆਪਾਂ ਖੋਪਾ, ਦਾਖਾਂ, ਕਾਜੂ ਇਹ ਪਾ ਦਿੰਦੇ ਹਾਂ। ਮਿੱਠਾ ਫੇਰ ਪਾਵਾਂਗੇ ਆਪਾਂ। ਖੀਰ ਰਿੱਝੀ ਜਾਂਦੀ ਵਧੀਆ, ਹੁਣ ਆਪਾਂ ਖੰਡ ਪਾ ਦਿੰਦੇ ਹਾਂ, ਨਾਲੇ ਇਲਾਇਚੀ ਪਾਊਡਰ ਪਾ ਦਿੰਦੇ ਹਾਂ, ਛੋਟੀ ਕੌਲੀ ਖੰਡ ਦੀ ਹੈ। ਇਲਾਇਚੀ ਪਾਊਡਰ ਜਦੋਂ ਥੋੜ੍ਹੀ ਜਿਹੀ ਕਰੜੀ ਹੋ ਗਈ ਫਿਰ ਆਪਾਂ ਲਾ ਲਾਂਗੇ। ਫਿਰ ਤਾਂ ਆਪਣੇ ਤਾਂ 10 ਕੁ ਮਿੰਟ ਹੋਰ ਲੱਗਣਗੇ, ਬਸ ਬਣੀ ਪਈ ਹੈ, 10 ਮਿੰਟਾਂ ਨੂੰ ਆਪਾਂ ਲਾ ਲਾਂਗੇ। ਫਿਰ ਆਪਣੀ ਬਣੀ ਪਈ ਹੈ ਅਤੇ ਆਪਾਂ ਲਾ ਲੈਂਦੇ ਹਾਂ ਹੁਣ ਬਸ। ਬਹੁਤ ਵਧੀਆ ਬਣ ਗਈ, ਕਾਜੂ ਬਦਾਮਾਂ ਵਾਲੀ, ਦਾਖਾਂ ਵਾਲੀ। ਬਹੁਤ ਵਧੀਆ ਖੀਰ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੇ, ਸ਼ੇਅਰ ਕਰੇ, ਚੈਨਲ ਨੂੰ ਸਬਸਕ੍ਰਾਈਬ ਕਰੇ।